ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਈਰੋਡਾਈਟ ਨਿਊਟ੍ਰੀਸ਼ਨ ਤੋਂ ਲੈ ਕੇ ਆਇਆ ਤੁਹਾਡੇ ਲਈ ਨੈਕਸਟ ਵੀਡੀਓ। ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲੇ ਤੁਸੀਂ ਇਸ ਪਲੇਲਿਸਟ 'ਤੇ ਜਿਹੜੀ ਪਿਛਲੀ ਵੀਡੀਓ ਅਸੀਂ ਕੋਵਿਡ ਨਾਲ ਰਿਲੇਟਡ ਪਾਈ ਸੀ, ਜਿਹਦੇ ਵਿੱਚ ਆਪਾਂ ਦੱਸਿਆ ਸੀ ਕਿ ਕਿਵੇਂ ਕੋਵਿਡ ਦਾ ਜਿਹੜਾ ਵਾਇਰਸ ਹੈ, ਕਰੋਨਾ ਵਾਇਰਸ ਹੈ, ਕਿਵੇਂ ਬੰਦੇ ਦੇ ਅੰਦਰ ਸਰੀਰ 'ਚ ਜਾ ਕੇ ਕਿਸ ਤਰੀਕੇ ਨਾਲ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਿਵੇਂ ਜਾਨਲੇਵਾ ਬਣ ਜਾਂਦਾ ਹੈ, ਉਸ ਵੀਡੀਓ ਨੂੰ ਅਗਰ ਤੁਸੀਂ ਨਹੀਂ ਦੇਖਿਆ ਤਾਂ ਮੇਰੇ ਚੈਨਲ 'ਤੇ ਪਲੇਲਿਸਟ 'ਚ ਜਾ ਕੇ ਜ਼ਰੂਰ ਦੇਖੋ। ਹੁਣ ਆਪਾਂ ਗੱਲ ਕਰਨੀ ਹੈ ਕਿ ਅਗਰ ਸਾਨੂੰ ਕੋਵਿਡ ਦਾ ਹੋ ਜਾਏ ਵਾਇਰਸ, ਅਸੀਂ ਉਹਦੇ ਇੰਟਚ ਆ ਜਾਈਏ, ਅਗਰ ਸਾਨੂੰ ਇਨਫੈਕਸ਼ਨ ਹੋ ਜਾਏ ਕੋਵਿਡ ਦੀ, ਕੀ ਕਰਨਾ ਚਾਹੀਦਾ ਹੈ? ਆਪਣੀ ਮਰਜ਼ੀ ਦੇ ਹਿਸਾਬ ਨਾਲ ਜੋ ਦਿਲ ਚਾਹੇ ਅਸੀਂ ਨਹੀਂ ਖਾ ਸਕਦੇ, ਸਾਨੂੰ ਬਕਾਇਦਾ ਪਰਹੇਜ਼ ਲੈਣੇ ਪੈਣਗੇ, ਕੁਝ ਪਰਹੇਜ਼ ਰੱਖਣੇ ਪੈਣਗੇ, ਐਂਡ ਕੁਝ ਸਮੇਂ ਤੱਕ ਸਾਨੂੰ ਜਿਹੜਾ ਆ ਜੋ ਜੋ ਚੀਜ਼ਾਂ ਦੀ ਮਨਾਹੀ ਹੈ ਉਹਨਾਂ ਨੂੰ ਬਿਲਕੁਲ ਬੰਦ ਕਰਨਾ ਪਏਗਾ। ਸੋ ਆਓ ਇਸ ਵੀਡੀਓ ਦੇ ਵਿੱਚ ਆਪਾਂ ਡਾਈਟ ਦਾ ਪ੍ਰੋਟੋਕਾਲ ਜੋ ਕਿ ਕੋਵਿਡ ਪੇਸ਼ੈਂਟ ਦਾ ਹੋਣਾ ਚਾਹੀਦਾ ਆ ਉਹਨੂੰ ਡਿਸਕਸ ਕਰਦੇ ਹਾਂ। ਹਾਂਜੀ ਦੋਸਤੋ, ਤਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਗੱਲ, ਕਿਤੇ ਵੀ ਮੈਂ ਇਹ ਹਦਾਇਤ ਨਹੀਂ ਕਹਿ ਰਿਹਾ ਹੈਗਾ ਵੀ ਤੁਸੀਂ ਆਪਣੀਆਂ ਦਵਾਈਆਂ ਛੱਡ ਦਿਓ ਅਤੇ ਇਕੱਲੀ ਡਾਈਟ ਦੇ ਨਾਲ ਕੋਵਿਡ ਠੀਕ ਹੋ ਜਾਏਗਾ। ਕਿਤੇ ਵੀ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਰਿਹਾ ਕਿ ਅਗਰ ਤੁਹਾਡੇ ਪੇਸ਼ੈਂਟ ਨੂੰ ਜਾਂ ਤੁਹਾਨੂੰ ਕੋਵਿਡ ਹੈ ਤਾਂ ਤੁਸੀਂ ਸਿਰਫ ਡਾਈਟ 'ਤੇ ਡਿਪੈਂਡੈਂਟ ਰਹਿ ਕੇ ਆਪਣਾ ਡਾਕਟਰੀ ਇਲਾਜ ਜਾਂ ਹੋਸਪਿਟਲਾਈਜੇਸ਼ਨ ਅਵੋਇਡ ਕਰੋ, ਨਾ ਜਾਓ ਹੋਸਪਿਟਲ, ਇੱਦਾਂ ਨਹੀਂ ਮੈਂ ਬਿਲਕੁਲ ਵੀ ਕਹਿ ਰਿਹਾ। ਮੈਡੀਸਨ ਦਾ ਟ੍ਰੀਟਮੈਂਟ ਅਤੇ ਡਾਈਟ ਦਾ ਪ੍ਰੋਟੋਕਾਲ ਇਹ ਹੈਂਡ ਇਨ ਹੈਂਡ, ਹੱਥ ਨੂੰ ਹੱਥ ਚੱਲਦਾ ਆ, ਇਕੱਠੇ ਚੱਲਦਾ ਆ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇਕੱਲੀ ਡਾਈਟ ਦੇ ਨਾਲ ਹੀ ਅਸੀਂ ਆਪਣਾ ਜਿਹੜਾ ਕੋਵਿਡ ਦੀ ਇਨਫੈਕਸ਼ਨ ਆ ਉਹਨੂੰ ਠੀਕ ਕਰ ਲਾਂਗੇ, ਸਾਨੂੰ ਪ੍ਰੋਪਰ ਮੈਡੀਕੇਸ਼ਨ ਦੀ ਲੋੜ ਜ਼ਰੂਰ ਪਏਗੀ। ਲੇਕਿਨ ਉਸ ਮੈਡੀਸਨਸ ਦਾ ਅਸਰ ਹੋਰ ਬੈਟਰ ਕਰਨ ਵਾਸਤੇ ਆਪਣੀ ਬੋਡੀ 'ਚ ਆਪਾਂ ਵਧੀਆ ਪ੍ਰੋਪਰ ਡਾਈਟ ਰੱਖੀਏ, ਪਰਹੇਜ਼ ਵਧੀਆ ਕਰੀਏ। ਦੂਸਰੀ ਚੀਜ਼ ਮੈਂ ਪਹਿਲਾਂ ਇਹ ਕਹਿਣੀ ਚਾਹੂੰਗਾ ਵੀ ਪਿਛਲੇ ਕੁਝ ਸਮੇਂ 'ਚ ਬਹੁਤ ਸਾਰੀਆਂ ਵੀਡੀਓ ਸਰਕੂਲੇਟ ਹੋਈਆਂ ਆ। ਰੀਜ਼ਨ ਵੀ ਮੈਂ ਇੰਨੀ ਲੇਟ ਇਹ ਵੀਡੀਓ ਬਣਾ ਰਿਹਾ ਹਾਂ, ਸੈਕਿੰਡ ਵੇਵ ਚੱਲ ਰਹੀ ਹੈ, ਮਈ ਦਾ ਮਹੀਨਾ, ਲੇਕਿਨ ਮੈਂ ਇੰਨਾ ਲੇਟ ਵੀਡੀਓ ਬਣਾਉਣ ਦਾ ਰੀਜ਼ਨ ਇਹ ਹੈਗਾ ਆ, ਪਿਛਲੇ 10 ਮਹੀਨਿਆਂ ਤੋਂ ਮੈਂ ਖੁਦ ਕੋਵਿਡ ਦੇ ਪੇਸ਼ੈਂਟਸ ਦੇ ਨਾਲ ਡੀਲ ਕਰ ਰਿਹਾ ਹਾਂ, ਕੋਵਿਡ ਪੇਸ਼ੈਂਟਸ ਦੀ ਡਾਈਟ ਦਾ ਸਾਰਾ ਮੋਨੀਟਰ ਕਰ ਰਿਹਾ ਹਾਂ। ਸਾਡੇ ਕੋਲ ਕੋਈ ਵੀ ਗਾਈਡਲਾਈਨਸ ਇਸ ਚੀਜ਼ ਦੇ ਰਿਲੇਟਡ ਨਹੀਂ ਸੀਗੀਆਂ। ਸੋ ਇਕੱਲੀ ਇਕੱਲੀ ਚੀਜ਼ ਉੱਤੇ ਕਈ ਕਈ ਦਿਨ, ਕਈ ਕਈ ਘੰਟੇ, ਦਿਨ ਰਾਤ ਜਾ ਕੇ ਹਜ਼ਾਰਾਂ ਦੇ ਹਿਸਾਬ ਨਾਲ, ਸੈਂਕੜੇ ਹਜ਼ਾਰਾਂ ਦੇ ਹਿਸਾਬ ਨਾਲ ਰਿਸਰਚ ਪੇਪਰ ਪੜ੍ਹ ਕੇ, ਹਜ਼ਾਰਾਂ ਘੰਟਿਆਂ ਦੇ ਡਾਕਟਰਾਂ ਦੇ ਲੈਕਚਰ ਸੁਣਨ ਤੋਂ ਬਾਅਦ ਮੈਂ ਖੁਦ ਇਹ ਕੋਵਿਡ ਦਾ ਜਿਹੜਾ ਪ੍ਰੋਟੋਕਾਲ ਹੈ ਇਹ ਡਿਜ਼ਾਈਨ ਕੀਤਾ ਆ, ਐਂਡ ਡਿਜ਼ਾਈਨ ਕਰਨ ਤੋਂ ਬਾਅਦ ਵੀ ਇਕੱਲੀ ਇਕੱਲੀ ਚੀਜ਼ ਮੋਨੀਟਰ ਕਰਕੇ ਆਪਣੇ ਪੇਸ਼ੈਂਟਸ ਨੂੰ ਦੇ ਕੇ, ਜੇ ਕਿਸੇ ਚੀਜ਼ ਦਾ ਫਾਇਦਾ ਹੁੰਦਾ ਸੀ, ਲੇਕਿਨ ਜੇ ਉਸ ਚੀਜ਼ ਦਾ ਇੱਕ ਵੀ ਸਾਈਡ ਇਫੈਕਟ ਹੁੰਦਾ ਸੀ ਤਾਂ ਅਸੀਂ ਉਸ ਚੀਜ਼ ਨੂੰ ਅਵੋਇਡ ਕਰਦੇ ਸੀ, ਕਿਉਂਕਿ 1% ਵੀ ਜਿਹੜਾ ਆ ਆਪਾਂ ਪੇਸ਼ੈਂਟ ਨੂੰ ਖਤਰੇ ਦੇ ਵਿੱਚ ਨਹੀਂ ਪਾਉਣਾ ਜਿਹੜਾ ਬੰਦਾ ਆਲਰੇਡੀ ਕੋਵਿਡ ਦੇ ਨਾਲ ਜੂਝ ਰਿਹਾ। ਸੋ ਇਸ ਕਰਕੇ ਬਹੁਤ ਹੀ ਧਿਆਨ ਨਾਲ ਇਕੱਲੀ ਇਕੱਲੀ ਚੀਜ਼ ਉੱਤੇ ਕਈ ਕਈ ਘੰਟਿਆਂ ਦੀ ਰਿਸਰਚ ਤੋਂ ਬਾਅਦ ਮੈਂ ਇਹ ਖੁਦ ਜਿਹੜਾ ਪ੍ਰੋਟੋਕਾਲ ਹੈ ਉਹ ਤਿਆਰ ਕੀਤਾ ਆ, ਜੋ ਕਿ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਐਂਡ ਪਿਛਲੇ 10 ਮਹੀਨਿਆਂ ਤੋਂ ਆਲਰੇਡੀ ਮੈਂ ਆਪਣੇ ਪੇਸ਼ੈਂਟਸ ਦੇ ਨਾਲ ਇਹ ਪ੍ਰੋਟੋਕਾਲ ਸਾਂਝਾ ਕਰ ਰਿਹਾ, ਜਿਹਦੇ ਕਿ ਬਹੁਤ ਅੱਛੇ ਰਿਜ਼ਲਟਸ ਆ। ਬਾਕੀ ਜਿਹੜਾ ਪੇਸ਼ੈਂਟ ਸਵੇਅਰ ਕੈਟੇਗਰੀ ਦੇ ਵਿੱਚ ਆ ਉਹਨੂੰ ਤਾਂ ਮੈਡੀਕਲ ਹੈਲਪ ਦੀ ਹੀ ਲੋੜ ਆ, ਲੇਕਿਨ ਜਿਹੜਾ ਮੋਡਰੇਟ ਟੂ ਮਾਈਲਡ ਕੈਟੇਗਰੀ ਵਾਲਾ ਆ ਉਹਦੀ ਵਧੀਆ ਡਾਈਟ ਦੇ ਨਾਲ ਅਸੀਂ ਉਹਦੇ ਸਿਮਟਮਸ ਨੂੰ, ਉਹਦੇ ਲੱਛਣਾਂ ਨੂੰ ਇੰਪਰੂਵ ਕਰ ਸਕਦੇ, ਪੇਸ਼ੈਂਟ ਦੀ ਕੰਡੀਸ਼ਨ ਨੂੰ ਇੰਪਰੂਵ ਕਰ ਸਕਦੇ, ਉਹਦੇ ਰਿਕਵਰੀ ਨੂੰ ਫਾਸਟ ਕਰ ਸਕਦੇ, ਜਿਹੜੀਆਂ ਕਮਜ਼ੋਰੀਆਂ ਜਾਂ ਹੋਰ ਲੱਛਣ ਕੋਵਿਡ ਨਾ ਆਉਂਦੇ ਉਹਨਾਂ ਨੂੰ ਅਸੀਂ ਘਟਾ ਸਕਦੇ ਹਾਂ ਅਗਰ ਸਾਡੀ ਡਾਈਟ ਅੱਛੀ ਹੈ। ਸੋ ਇੱਕ ਹੋਰ ਅਨਾਊਂਸਮੈਂਟ ਮੈਂ ਪਹਿਲਾਂ ਕਰ ਦੇਣੀ ਚਾਹੁੰਦਾ ਹਾਂ ਇਸ ਵੀਡੀਓ ਤੋਂ ਪਹਿਲਾਂ। ਬਹੁਤ ਸਾਰੇ ਡਾਕਟਰਸ ਜਾਂ ਕੁਝ ਹੋਰ ਵਰਗ ਦੇ ਨਾਲ ਸੰਬੰਧਿਤ ਲੋਕ ਵੀ ਡਾਈਟ ਦੇ ਬਾਰੇ, ਕਰੋਨਾ ਦੇ ਵਿੱਚ ਡਾਈਟ ਦੇ ਬਾਰੇ ਵੀਡੀਓ ਬਣਾ ਕੇ ਅਪਲੋਡ ਕਰ ਰਹੇ ਨੇ, ਉਹਨਾਂ ਨੂੰ ਮੇਰੀ ਰਿਕੁਐਸਟ ਇਹੀ ਆ ਕਿ ਅਗਰ ਤੁਸੀਂ ਇਸ ਵਿਸ਼ੇ ਦੇ ਮਾਹਿਰ ਨਹੀਂ ਹੋ ਤਾਂ ਪਲੀਜ਼ ਕਿਰਪਾ ਕਰਕੇ ਆਪਣਾ ਮੂੰਹ ਬੰਦ ਰੱਖੋ। ਕੱਲ੍ਹ ਨੂੰ ਅਗਰ ਮੰਨ ਲਓ ਮੈਂ ਬਤੌਰ ਡਾਈਟੀਸ਼ੀਅਨ ਮੈਂ ਕੱਲ੍ਹ ਨੂੰ ਦਵਾਈਆਂ ਦੇ ਬਾਰੇ ਤੁਹਾਨੂੰ ਦੱਸਣਾ ਸ਼ੁਰੂ ਕਰ ਦੇਵਾਂ ਵੀ ਤੁਸੀਂ ਆਹ ਦਵਾਈ ਖਾਓ, ਆਹ ਦਵਾਈ ਖਾਓ, ਤਾਂ ਬੇਸ਼ੱਕ ਮੈਨੂੰ ਵੀ ਤੁਸੀਂ ਆਹੀ ਗੱਲ ਆ ਕੇ ਕਹਿ ਸਕਦੇ ਆ, ਮੇਰੇ ਚੈਨਲ ਨੂੰ ਉਸੇ ਟਾਈਮ ਅਨਫੋਲੋ ਕਰ ਦਿਓ, ਭਾਵੇਂ ਮੈਨੂੰ ਹਰ ਚੀਜ਼ ਤੋਂ ਬਲੌਕ ਕਰਕੇ ਰਿਪੋਰਟ ਵੀ ਕਰ ਦਿਓ, ਕਿਉਂ? ਮੈਡੀਸਨ ਦੇ ਨਾਲ ਡੀਲ ਕਰਨਾ ਡਾਈਟੀਸ਼ੀਅਨ ਦਾ ਕੰਮ ਨਹੀਂ ਹੈ, ਲੇਕਿਨ ਡਾਕਟਰ ਦਾ ਵੀ ਕਿੱਤਾ ਮੈਡੀਸਨ ਦੇ ਨਾਲ ਜਾਂ ਸਰਜਰੀ ਦੇ ਨਾਲ ਆ। ਡਾਈਟ ਦੇ ਬਾਰੇ ਮੈਂ ਰਿਕੁਐਸਟ ਕਰੂੰਗਾ ਕਿ ਹਾਂ, ਅੰਟਿਲ ਅਨਲੈਸ ਕਿਸੇ ਡਾਕਟਰ ਨੇ ਕਾਫੀ ਸਾਰੇ ਘੰਟੇ ਜਿਹੜੇ ਆ ਇਹਦੇ ਵਿੱਚ ਸਟੱਡੀ ਤੇ ਲਗਾਏ ਹੋਣ ਤਾਂ ਗੱਲ ਵੱਖਰੀ, ਅਦਰਵਾਈਜ਼ ਮੈਂ ਬੜੇ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਦੀਆਂ ਵੀ ਵੀਡੀਓ ਦੇਖੀਆਂ ਆਨਲਾਈਨ, ਜਿਨ੍ਹਾਂ ਵਿੱਚ ਉਹਨਾਂ ਨੇ ਕੋਈ ਖਾਸ ਇਨਫੋਰਮੇਸ਼ਨ ਨਹੀਂ ਬਲਕਿ ਉਲਟੇ ਰਾਹ ਦੇ ਉੱਤੇ ਲੋਕਾਂ ਨੂੰ ਪਾਇਆ ਆ। ਸੋ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਥੋੜ੍ਹਾ ਜਿਹਾ ਗੁਰੇਜ਼ ਕਰੀਏ, ਜਿਹੜਾ ਕੰਮ ਆ ਉਹ ਉਸੇ ਹੀ ਬੰਦੇ ਨੂੰ ਕਰ ਲੈਂਦੇ ਹੀ ਹੈ। ਸੋ ਮੈਂ ਡਾਈਟੀਸ਼ੀਅਨ ਹਾਂ, ਮੈਂ ਡਾਈਟ ਬਾਰੇ ਤੁਹਾਨੂੰ ਦੱਸੂੰਗਾ, ਮੈਡੀਸਨ ਬਾਰੇ ਤੁਸੀਂ ਆਪਣੇ ਡਾਕਟਰ ਨਾਲ ਡਿਸਕਸ ਕਰਨਾ, ਠੀਕ ਹੈ? ਸੋ ਹੁਣ ਇਹ ਗੱਲਾਂ ਤੋਂ ਬਾਅਦ ਆਪਾਂ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਨੀ ਆ। ਇਸ ਪਾਸੇ ਮੈਂ ਉਹ ਸਾਰੇ ਲੱਛਣ ਲਿਖੇ ਨੇ ਜੋ ਕਿ ਇੱਕ ਕੋਵਿਡ ਪੇਸ਼ੈਂਟ ਨੂੰ ਹੁੰਦੇ ਨੇ, ਉਹਨਾਂ ਦੇ ਕਾਰਨ ਲਿਖੇ ਨੇ, ਉਹਨਾਂ ਕਾਰਨਾਂ 'ਚ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਅਤੇ ਕਿਹੜੀਆਂ ਸਾਨੂੰ ਲੈਣੀਆਂ ਚਾਹੀਦੀਆਂ ਆ। ਸੋ ਇੱਕ ਇੱਕ ਕਰਕੇ ਇਹਨਾਂ ਬਾਰੇ ਆਪਾਂ ਡਿਸਕਸ ਕਰਦੇ। ਸੋ ਸਭ ਤੋਂ ਪਹਿਲੀ ਦਿੱਕਤ ਜਿਹੜੀ ਕੋਵਿਡ ਤੋਂ ਬਾਅਦ ਪੇਸ਼ੈਂਟ ਨੂੰ ਆਉਂਦੀ ਹੈ ਉਹ ਹੈਗੀ ਹੈ ਬੁਖਾਰ ਅਤੇ ਸਰੀਰ ਟੁੱਟਣਾ। ਸੋ ਸਰੀਰ ਟੁੱਟਣਾ ਜਾਂ ਬੁਖਾਰ ਇਹਦੇ ਕਾਰਨ, ਇਹਦੇ ਪਿੱਛੇ ਕਾਰਨ ਹੈਗੀ ਹੈ ਜੋ ਸਾਡੀ ਇਨਫਲਾਮੇਟਰੀ ਰਿਸਪੋਂਸ ਹੈ, ਜੋ ਸਾਡੇ
अगर साड़ी बॉडी च इनफ्लामेशन हाई हो रही है, इन्फेक्शन है, सानू बुखार भी चढ़ेगा, साड़ा शरीर भी टुटेगा। कारण इनफ्लामेशन, इहदे विच असीं करना की है, रिफाइंड चीज़ों तो परहेज करना। सो रिफाइंड मिठा, खंड, इस तो अलावा मैदा, ठीक है, ब्रैड, इस तो अलावा रिफाइंड तेल, डालडा, बनस्पति रिफाइंड तेल, ये चीज़ां असी अवॉइड करनिया है। इहदे वटे असी आपां सगो डाइट च करना की है, हाई प्रोटीन हाई कैलरी। सानू ज़्यादा प्रोटीन की लोड़ है, ज़्यादा कैलरी की लोड़ है। हुण कैलरीज जिहड़ियां ने, अच्छी फैट तो भी कैलरीज आ सकदियां ने। अगर तुहानू कोई होर इशू नहीं है तो घर का देसी घ्यो मक्खण तुसी खाओ, कैलरीज नू पूरा करेगा, तुहानू वीकनेस नहीं आउण देगा, तुहानू बुखार दे विच भी बुखार नू कंट्रोल करन च हैल्प करेगा। इस तो अलावा प्रोटीन ज़्यादा खाओ। सो पनीर हो गया, सोया पनीर या अंडा, चिकन, फिश, मीट, ये चीज़ां ज़्यादा मात्रा दे विच आपां प्रोटीन ते कैलरीज लेनियां आ, ताकि साडे शरीर नू कैलरीज की कमी ना आवे, साडा शरीर कमजोरी वाले पासे ना जावे, सगो साडा रिकवरी रेट जिहड़ा आ ओह फास्ट होवे। अगली चीज़ आ सोर थ्रोट, यानी कि गले की खराश या गले का दर्द करना। ये बड़ा कॉमन सिम्पटम है कोविड पेशेंट के, गले च खराश होनी स्टार्ट हो जाती है कुछ दिन बाद। सो इहदा कारण भी इनफ्लामेशन ही है, इनफ्लामेशन करके गला साडा सुज जांदा आ। इहदे विच असीं हर प्रकार की ठंडी खट्टी चीज़ अवॉइड करनी। हुण इहदे च की आ जाता, इहदे विच सारे तरह के खट्टे फल, ठीक है। हुण आ इस वीडियो का वो पक्ष आ जिहदे उत्ते बहुत तगड़ी कॉन्ट्रोवर्सी होने वाली है। क्यों? जदों का कोविड पेंडेमिक शुरू होया, विटामिन सी दे उपर सारिया का जोर, एंड विटामिन सी है भी बहुत जरूरी कोविड दे विच, अच्छा है, साडे लई फायदा करता, मैं भी कहना इस चीज़ नूं। लेकिन साडी सोच ये आ, क्योंकि सानू शुरू तो ही फोटोआं दिखा दिखा के इदां प्रोग्राम कर दिता गया, जिथे विटामिन सी की गल आउंदी साडे दिमाग च ना निंबू संतरे मौसमी दीआं इमेजेस घूमण लग जांदीआं। उस टाइम दिमाग च आ जांदा निंबू संतरा मौसमी, यानी खट्टे फल। कल्ले सिट्रस फल जिहड़े ने, खट्टे फल जिहड़े ने, ओह विटामिन सी का कोई इकलौता सोर्स नहीं है। लगभग सारे फ्रूट्स, लगभग सारिया ही सब्जियां दे विच ठीक ठाक या अच्छी मात्रा च विटामिन सी हुंदा है। ईवन के कुछ दालों दे विच भी अच्छी मात्रा दे विच विटामिन सी हुंदा है। लेकिन आपां खट्टे फल, संतरा, मौसमी, किन्नू, ये चीज़ां खा खा के अपना गला ना खराब कर लीए। विटामिन सी लेना है, लेकिन होर सोर्सिस तो लेना है, खट्टे फलों तो नहीं लेना है। खट्टे फल जिहड़े आ साडे गले नूं खराब कर सकते आ। इसे करके फ्रूट या फ्रूट दे जूसा दे नाल, फ्रूट जूस दे नाल भी साडा जिहड़ा आ ओह गला खराब हो सकता है, क्योंकि तसीर दीआं ठंडीआं चीज़ां ने, फ्रिज दा पानी, आइसक्रीम ठंडा, दे इह चीज़ां सारीआं साडे गले दी खराश नूं वधा सकदीआं ने, गले दी सोजिश नूं वधा सकदीआं। गला खराब होएगा, खाना नहीं ठीक तरह खा पाओगे, खाना नहीं ठीक खा पाओगे तां रिकवरी नहीं होएगी, क्योंकि शरीर च न्यूट्रीशन नहीं जाएगा। सो ठंडियां चीज़ां, खट्टे फ्रूट ते फ्रूट दे जूस, ये आपां अवॉइड करने आ, ठीक है। विटामिन सी लैण दे होर बड़े साधन है साडे कोल। इहदे बजाय असीं करना की है, असीं काली चाह या देसी चाह जिहड़ी है बिना दुध तो अदरक वाली, ये आपां जरूर पीनी, पर इहदे च चीनी नहीं पानी, रिफाइंड चीज़ां सानू मना ने पहले, ठीक है। सो चीनी वगैरह आपां नहीं यूज़ करनी इहदे च। अगली चीज़ जिहड़ी गले दे दर्द नाल ही जुड़ी हुई है, वह हैगी है खंघ अते रेशा। छाती च रेशा का जमना, चैसट कंजैशन हो जाना, बलगम निकलनी, ठीक है, जिहदे करके साह की दिक्कत भी आती है। ये भी इस दे नाल ही मिलते जुलते परहेज। हुण इहदा कारण की, कारण लंग इनफेक्शन, ठीक है, पिछली वीडियो देखा सी आपां। सो इहदे विच आपां म्यूकस इनक्रीजिंग वाले फूड जिहड़े ने इन्हां नूं डाउन करना। म्यूकस इनक्रीजिंग यानी जिहड़े चीज़ां जिहड़ियां बाए आ रेशा करदियां आ, जिवें राजमा, चिट्टे छोले, मां दी दाल, चौल, दही, लस्सी, प्लेन दुध, ठीक है, ये सारिया चीज़ा बाय रेशा कर दियाँ आ। इन चीज़ों आप अवॉइड करना आ, क्योंकि अगर मन लो कोविड पेशेंट हजे उन्होंने कोविड हो गया, टैसट उसका पॉजिटिव आ गया, वो अपने घर आइसोलेट आ गया, उन्होंने कोई लक्षण नहीं है, पर वो कभी कढ़ी खा रहा, कभी चौल खा रहा, कभी दही खा रहा, कभी लस्सी पी रहा, इन चीज़ों के नाल साडे सिम्पटम बिगड़ सकते हैं। तो एक बार वो बिगड़ने शुरू हो गए फिर उन्होंने कंट्रोल करना बहुत मुश्किल आ। सो जे नहीं भी गला खराब, नहीं भी रेशा, तो भी इन चीज़ों अवॉइड करो भी कितने रेशा हो ना जाए, ठीक है, क्योंकि बहुत सीरीयस मैटर आ। सो गले की खराश तो खंघ रेशा अगर आप कट्ठा करके देखा तो सब तो जरूरी चीज़ जी साढ़े इतने दिमाग फिट कर लो एक भी ठंडिया खट्टिया बाए तो रेशा वाली चीज़ा सानू बिल्कुल कोविड पेशेंट नू मना आ। ईवन कोविड तो अगले 3 महीनों तक असी इस चीज़ का परहेज रखा, ठीक है। ये मुकाबले फिर जो सानू रेशा खांसी है फिर सानू करना की चाहिए। इस ही अदरक वाली देसी चाह या कावे दे असी लिकोराइस यानी मलट्ठी, सौंफ ते दोवें प्रकार दीयां लैचियां, हरी लैची, मोटी लैची। हुण जे कोई बीपी दा मरीज आ तां मोटी लैची ना वरते, लेकिन सौंफ, हरी लैची, मोटी लैची, मलट्ठी ते अदरक वाला जिहड़ा काढ़ा आ इह साडी छाती लई, साडे गले लई बहुत बेस्ट आ। इहदे नाल सारी साडी जिहड़ी छाती च जम्मी हुई बलगम रेशा आ उह ढिल्ली पै जाएगी,
ਜਦੋਂ ਤੁਸੀਂ ਖੰਘੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਵੀ ਤੁਹਾਡਾ ਰੇਸ਼ਾ ਸਾਰਾ ਜ਼ਿਆਦਾ ਬਾਹਰ ਆ ਰਿਹਾ। ਉਹਨੂੰ ਥੁੱਕ ਕੇ ਆਪਣੇ ਸਰੀਰ 'ਚੋਂ ਬਾਹਰ ਕੱਢ ਕੇ ਤੁਸੀਂ ਆਪਣੀ ਛਾਤੀ ਨੂੰ ਹਲਕਾ ਮਹਿਸੂਸ ਕਰੋਗੇ। ਤੁਹਾਡੇ ਫੇਫੜਿਆਂ ਲਈ ਬਹੁਤ ਅੱਛੀ ਚੀਜ਼ ਹੈ। ਨਹੀਂ ਵੀ ਕਿਸੇ ਨੂੰ ਕੋਵਿਡ ਤਾਂ ਵੀ ਇਹ ਚੀਜ਼ ਸਾਡੇ ਫੇਫੜਿਆਂ ਲਈ ਬਹੁਤ ਅੱਛੀ